ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਵਾਸ ਤਾਂ ਅੰਨਾ ਹੀ ਹੁੰਦਾ ਹੈ, ਅੰਨੇ 'ਤੇ ਵਿਸ਼ਵਾਸ ਨਹੀਂ ਚਾਹੀਦਾ। ਸਿੱਖਾਂ ਨੇ ਇਸ ਕਥਨ ਦੀ ਮਹੱਤਤਾ ਜਾਣ ਲਈ ਸੀ। ਸਿੱਖ ਇਤਿਹਾਸ ਸ਼ਰਧਾ, ਸਿਦਕ ਅਤੇ ਵਿਸ਼ਵਾਸ ਦੀਆਂ ਸਾਖੀਆਂ ਨਾਲ ਭਰਿਆ ਹੋਇਆ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਭਾਈ ਮਾਣਕ ਦੀ ਮਾਂ ਦੀ ਸ਼ਰਧਾ ਭਾਈ ਮਾਣਾ ਨੂੰ ਗੁਰੂ ਦੇ ਵਸਤਰ ਧੋਂਦੇ ਹੀ ਬੱਝ ਗਈ ਸੀ। ਉਸਨੇ ਆ ਤੀਜੇ ਪਾਤਸ਼ਾਹ ਨੂੰ ਕਿਹਾ ਸੀ ਕਿ ਮੇਰਾ ਪੁੱਤਰ ਡੁੱਬਣੋਂ ਬਚਾਓ। ਤਾਂ ਉਹਨਾਂ ਨੇ ਕੇਵਲ ਇਹ ਕਿਹਾ ਸੀ ਕਿ ਕਦੇ ਮਾਣਕ ਵੀ ਡੁੱਬੇ ਹਨ। ਭਾਈ ਮਾਣਕ ਜੀ ਬੌਲੀ ਸਾਹਿਬ ਪਾਣੀ ਤੋਂ ਤਾਰਾਏ ਸਨ। ਚੱਬੇ ਦੀ ਰਹਿਣ ਵਾਲੀ ਮਾਈ ਸੁਲੱਖਣੀ ਨੂੰ ਜਦ ਹਰ ਕਿਸੇ ਨੇ ਕਿਹਾ ਸੀ ਮਾਈ ਤੇਰੇ ਲੇਖਾਂ ਵਿੱਚ ਸੰਤਾਨ ਦਾ ਸੁੱਖ ਨਹੀਂ, ਤਾਂ ਉਹ ਕਲਮ ਦਵਾਤ ਲੈ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਘੋੜਾ ਰੋਕ ਖੜੋਤੀ ਸੀ ਅਤੇ ਕਿਹਾ ਸੀ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ਼ ਕਰੇਨੀ ਹਾਂ ਗੁਰੂ ਹਰਗੋਬਿੰਦ ਅੱਗੇ, ਨਾਉ ਸੁਲੱਖਣੀ ਅਤੇ ਪਿੰਡ ਮੇਰਾ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਮਾਈ ਤੇਰੇ ਲੇਖਾਂ ਵਿੱਚ ਨਹੀਂ। ਤਾਂ ਸੁਣਦੇ ਸਾਰ ਹੀ ਸ਼ਰਧਾ ਭਿੱਜੀ ਮਾਈ ਨੇ ਕਿਹਾ, ਉੱਥੇ ਵੀ ਲਿਖਣ ਵਾਲਾ ਤੂੰ ਹੈ, ਇੱਥੇ ਵੀ ਲਿਖਣ ਵਾਲਾ ਤੂੰ, ਜੇ ਉੱਥੇ ਨਹੀਂ ਲਿਖੇ ਤਾਂ ਹੁਣ ਲਿਖ ਦੇ। ਮਹਾਰਾਜ ਜੀ ਜਦ ਕਲਮ ਫੜ ਇੱਕ ਪਾਉਣ ਲੱਗੇ ਤਾਂ ਘੋੜੇ ਨੇ ਏੜੀ ਮਾਰੀ ਤਾਂ ਸੱਤ ਬਣ ਗਿਆ। ਮਾਈ ਘਰ ਸੱਤ ਬੇਟੇ ਹੋਏ ਜੋ ਪੰਥ ਦੀ ਸੇਵਾ ਵਿੱਚ ਜੁਟੇ। ਸਮਕਾਲੀ ਮੋਹਸਨ ਫਾਨੀ ਨੇ ਸਿੱਖਾਂ ਦੇ ਅਹਿਦਕਾਰ ਦੀਆਂ ਕਈ ਵਾਰਤਾਵਾਂ ਲਿਖੀਆਂ ਹਨ। ਬਲਖ ਦੇ ਰਹਿਣ ਵਾਲੇ ਭਾਈ ਸਾਧ ਦੇ ਬੇਟੇ ਦੀ ਮ੍ਰਿਤਿਊ ਵੇਲੇ ਵੀ ਸਨਮੁਖ ਰਹਿਣਾ ਸਿਖਰ ਦੀ ਉਦਾਹਰਨ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਸਾਧ ਨੂੰ ਬਲਖ ਤੋਂ ਇਰਾਕ ਜਾ ਘੋੜੇ ਖਰੀਦਣ ਲਈ ਆਗਿਆ ਭੇਜੀ। ਹੁਕਮ ਪਾ ਕੇ ਉਹ ਇਰਾਕ ਵੱਲ ਟੁਰ ਪਿਆ। ਅਜੇ ਇੱਕ ਪੜਾਓ ਹੀ ਗਿਆ ਸੀ ਕਿ ਪਿੱਛੋਂ ਘਰੋਂ ਇੱਕ ਬੰਦਾ ਖਬਰ ਲੈ ਕੇ ਆਇਆ, ਤੇਰਾ ਪੁੱਤਰ ਸਖਤ ਬਿਮਾਰ ਹੈ, ਵਾਪਸ ਪਰਤ, ਅਜੇ ਤੂੰ ਘਰ ਤੋਂ ਬਹੁਤੀ ਦੂਰ ਨਹੀਂ, ਇੱਕ ਪੜਾਅ ਹੀ ਹੈ, ਲੜਕੇ ਦੀ ਦੇਖਭਾਲ ਕਰ। ਭਾਈ ਸਾਹਿਬ ਜੀ ਨੇ ਉੱਤਰ ਦਿੱਤਾ, ਹੁਣ ਪਿੱਛੇ ਮੁੜਨ ਦਾ ਸਵਾਲ ਨਹੀਂ, ਗੁਰੂ ਦੀ ਕਾਰ ਨਿਭਾਉਣ ਲਈ ਗੁਰੂ ਵੱਲ ਮੂੰਹ ਕਰ ਚੁੱਕਾ ਹਾਂ, ਜੇ ਬੇਟਾ ਗੁਜ਼ਰ ਗਿਆ ਤਾਂ ਘਰ ਵਿੱਚ ਬਾਲਣ ਬਹੁਤ ਹੈ, ਸੰਸਕਾਰ ਕਰ ਦੇਣਾ। ਭਾਈ ਸਾਧ ਜੀ ਦਾ ਬੇਟਾ ਗੁਜ਼ਰ ਗਿਆ ਪਰ ਉਹ ਵਾਪਸ ਨਾ ਮੁੜਿਆ, ਘੋੜੇ ਖਰੀਦ ਕੇ ਹੀ ਪਰਤਿਆ। ਇਸੇ ਤਰ੍ਹਾਂ ਮੋਹਸਨ ਫਾਨੀ ਨੇ ਇੱਕ ਹੋਰ ਸਿੱਖ ਭਾਈ ਝੰਡਾ ਜੀ ਜੋ ਬਹੁਤ ਧਨੀ ਸਨ ਉਹਨਾਂ ਦੀ ਅਟੁੱਟ ਸ਼ਰਧਾ ਦਾ ਜ਼ਿਕਰ ਕੀਤਾ ਹੈ। ਮਹਾਨ ਕੋਸ਼ ਦਾ ਕਹਿਣਾ ਹੈ ਕਿ ਉਹ ਬਾਬਾ ਬੁੱਢਾ ਜੀ ਦੇ ਪੜੋਤੇ ਸਨ। ਹੁਕਮ ਮੰਨਣ ਵਿੱਚ ਉਹਨਾਂ ਦੇ ਬਰਾਬਰ ਦਾ ਕੋਈ ਸਿੱਖ ਨਹੀਂ। ਉਹ ਕਿਸੇ ਦੀ ਮਾੜੀ ਚੰਗੀ ਵਿੱਚ ਦਖਲ ਨਹੀਂ ਦਿੰਦੇ ਸਨ, ਸਦਾ ਇਕਾਂਤ ਰਹਿੰਦੇ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਇੱਕ ਦਿਨ ਭਾਈ ਝੰਡਾ ਜੀ ਦੇ ਪੈਰ 'ਤੇ ਜ਼ਖਮ ਤੱਕ ਕੇ ਸੁਭਾਵਕ ਕਿਹਾ, ਜੁੱਤੀ ਲਾ ਦੇ। ਉਸਨੇ ਉਸੇ ਸਮੇਂ ਜੋੜਾ ਲਾ ਸੁੱਟਿਆ, ਜ਼ਖਮ ਠੀਕ ਹੋ ਗਿਆ। ਪਰ ਉਹ ਬਗੈਰ ਜੁੱਤੀ ਦੇ 3 ਮਹੀਨੇ ਨੰਗੇ ਪੈਰੀ ਫਿਰਦਾ ਰਿਹਾ। ਗੁਰੂ ਜੀ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਉਤਨੀ ਦੇਰ ਤੱਕ ਉਤਾਰਨ ਲਈ ਕਿਹਾ ਸੀ, ਜਦ ਤੱਕ ਫੱਟ ਮਿਲਦੇ ਨਹੀਂ। ਇਸੇ ਤਰ੍ਹਾਂ ਇੱਕ ਵਾਰੀ ਮੀਰੀ ਪੀਰੀ ਦੇ ਮਾਲਕ ਨੇ ਭਾਈ ਝੰਡਾ ਨੂੰ ਕਿਹਾ ਕਿ ਸਿੱਖਾਂ ਨੂੰ ਜਾ ਕੇ ਕਹੋ ਕਿ ਲੰਗਰ ਲਈ ਲੱਕੜਾਂ ਲਿਆਉਣ, ਇਸ ਤੋਂ ਵੱਡਾ ਸਵਾਬ ਨਹੀਂ। ਭਾਈ ਜੀ ਆਪ ਇਕੱਲੇ ਹੀ ਜੰਗਲ ਜਾ ਕੇ ਲੱਕੜਾਂ ਵੱਢਣ ਲੱਗ ਪਏ ਅਤੇ ਕਈ ਦਿਨ ਢਾਉਂਦੇ ਰਹੇ। ਗੁਰੂ ਜੀ ਨੂੰ ਜਦ ਕਿਸੇ ਨੇ ਦੱਸਿਆ ਤਾਂ ਉਹਨਾਂ ਨੇ ਕਿਹਾ, ਤੁਹਾਨੂੰ ਤਾਂ ਨਹੀਂ ਸੀ ਕਿਹਾ, ਸਿੱਖਾਂ ਨੂੰ ਕਹਿਣ ਲਈ ਆਖਿਆ ਸੀ। ਭਾਈ ਝੰਡਾ ਜੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਸਿੱਖਾਂ ਨੂੰ ਕਹਿਣ ਲਈ ਆਗਿਆ ਕੀਤੀ ਸੀ, ਮੈਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ, ਸਿੱਖ ਬਣਨ ਦੇ ਮਾਣ ਤੋਂ ਵਾਂਝਿਆ ਕਿਵੇਂ ਰਹਿੰਦਾ, ਸਿੱਖੀ ਉੱਤੇ ਕੋਈ ਰੁਤਬਾ ਨਹੀਂ। ਪਰ ਉਹ ਸਿੱਖ ਨੇ ਤਾਂ ਕਮਾਲ ਹੀ ਕਰ ਦਿੱਤੀ, ਜਿਸ ਨੇ ਪਹਿਲਾਂ ਗੁਰੂ ਜੀ ਅਤੇ ਜਹਾਂਗੀਰ ਦੇ ਖੇਮੇ ਇਕੱਠੇ ਲੱਗੇ ਦੇਖ, ਅਭੋਲ ਹੀ ਜਹਾਂਗੀਰ ਨੂੰ ਸੱਚਾ ਪਾਤਸ਼ਾਹ ਜਾਣ ਟਕਾ ਰੱਖ ਮੱਥਾ ਜਾ ਟੇਕਿਆ। ਅਤੇ ਜਦ ਪਤਾ ਲੱਗਾ ਕਿ ਇਹ ਤਾਂ ਜਹਾਂਗੀਰ ਹੈ ਤਾਂ ਰੱਤਾ ਪਰਵਾਹ ਨਾ ਕਰਦੇ, ਟਕਾ ਉਠਾ ਸਿੱਧਾ ਗੁਰੂ ਜੀ ਦੇ ਚਰਨੀ ਆ ਡਿੱਗਾ ਅਤੇ ਕਿਹਾ, ਮੈਂ ਗਰੀਬ ਦੀ ਤੁਸੀਂ ਰੱਖਿਆ ਕਰੋ, ਸੁਣ ਸਤਿਗੁਰ ਕਿਰਪਾਲ ਬਖਾਨਾ, ਸਿਮਰੋ ਸਤਨਾਮ ਕਲਿਆਣਾ, ਧਰਮ ਕਿਰਤ ਕਰ ਖਾ ਅਹਾਰਾ, ਇਨ ਦੋਇਨ 'ਤੇ ਸਦਾ ਸੁਖਾਰਾ,
ਨਹਿ ਜਮਦੂਤ ਦੇਖਿਓ ਪਾਵੈ, ਕਰਦੇ ਕਰ ਸਤਿਗੁਰੂ ਬਚਾਵੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।